ਅੱਜ ਕੈਬਨਿਟ ਮੀਟਿੰਗ ਹੋਈ ਹੈ। ਮਾਨ ਸਰਕਾਰ ਦੇ ਸਾਰੇ ਮੰਤਰੀ ਇਸ ਮੀਟਿੰਗ ਦੇ ਵਿੱਚ ਪਹੁੰਚੇ ਅਤੇ ਮਾਨ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਹੋਈ ਇਸ ਮੀਟਿੰਗ ਦੇ ਵਿੱਚ ਅਹਿਮ ਮੁੱਦਿਆਂ ਦੇ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕੁਝ ਅਹਿਮ ਮੁੱਦਿਆਂ ਦੇ ਉੱਪਰ ਜਿਹੜੀ ਮੋਹਰ ਵੀ ਲੱਗਦੀ ਹੋਈ ਦਿਖਾਈ ਦਿੱਤੀ ਹੈ। ਦੱਸ ਦਈਏ ਕਿ ਕਈ ਮਹੀਨਿਆਂ ਤੋਂ ਬਾਅਦ ਹੈ ਜਿਹੜੀ ਇਹ ਕੈਬਨਿਟ ਦੀ ਮੀਟਿੰਗ ਹੋਈ ਹੈ। ਲਗਾਤਾਰ ਵਿਕਾਸ ਦੇ ਕਿਹੜੇ ਕੰਮ ਸੀ ਕੁਝ ਰੁਕੇ ਹੋਏ ਸੀ ਜਿਨ੍ਹਾਂ ਦੇ ਉੱਪਰ ਮੋਹਰ ਕੈਬਨਿਟ ਦੇ ਵਿੱਚ ਲੱਗਣੀ ਜ਼ਰੂਰੀ ਸੀ। ਅੱਜ ਕੈਬਨਿਟ ਦੀ ਮੀਟਿੰਗ ਹੋਈ ਹੈ ਅਤੇ ਜਿੱਥੇ ਕੁਝ ਅਹਿਮ ਮੁੱਦਿਆਂ ਦੇ ਉੱਪਰ ਚਰਚੇ ਤੋਂ ਬਾਅਦ ਮੋਹਰ ਵੀ ਲੱਗੀ ਆ। ਸੋ ਸਭ ਤੋਂ ਅਹਿਮ ਜੋ ਹੈ ਉਹ ਹੈ ਮਾਨਸੂਨ ਇਜਲਾਸ। ਮਾਨਸੂਨ ਸੈਸ਼ਨ ਦੀ ਜਿਹੜੀ ਡੇਟਾਂ ਨੇ ਉਹ ਫਾਈਨਲ ਹੋ ਚੁੱਕੀਆਂ ਨੇ, ਜਿਸ ਦੀ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਵੱਲੋਂ ਅਤੇ ਮੰਤਰੀ ਅਮਨ ਅਰੋੜਾ ਜੀ ਦੇ ਵੱਲੋਂ ਸਾਂਝੇ ਤੌਰ 'ਤੇ ਦਿੱਤੀ ਗਈ ਹੈ ਵੀ ਆਖਿਰ ਕਿਹੜੇ ਕਿਹੜੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਮੋਹਰ ਲੱਗੀ ਆ, ਜਿਨ੍ਹਾਂ ਦੇ ਵਿੱਚ ਸਭ ਤੋਂ ਅਹਿਮ ਹੈ ਮਾਨਸੂਨ ਸੈਸ਼ਨ। ਸੋ ਦੱਸ ਦਈਏ ਕਿ ਮਾਨਸੂਨ ਸੈਸ਼ਨ ਦੇ ਜਿਹੜੇ ਤਰੀਕਾਂ ਦਾ ਉਹ ਐਲਾਨ ਕਰ ਦਿੱਤਾ ਗਿਆ ਹੈ। 2 ਸਤੰਬਰ ਤੋਂ ਲੈ ਕੇ 4 ਸਤੰਬਰ ਤੱਕ ਦਾ ਜਿਹੜਾ ਮਾਨਸੂਨ ਸੈਸ਼ਨ ਹੋਏਗਾ, ਜਿੱਥੇ ਕਿ ਬਾਕੀ ਰਹਿੰਦੇ ਅਜੇ ਕਈ ਮੁੱਦਿਆਂ ਦੇ ਉੱਪਰ ਵਿਚਾਰ ਵਟਾਂਦਰਾ ਹੋਏਗਾ ਅਤੇ ਉਹ ਦੇ ਉੱਪਰ ਮੋਹਰ ਲੱਗਦੀ ਹੋਈ ਦਿਖਾਈ ਦਿੱਤੇਗੀ। ਅਹਿਮ ਮੁੱਦੇ ਇਸ ਮੀਟਿੰਗ ਦੇ ਵਿੱਚ, ਮਾਫ ਕਰਨਾ, ਇਸ ਸੈਸ਼ਨ ਦੇ ਵਿੱਚ ਵਿਚਾਰੇ ਜਾਣਗੇ। ਦੱਸ ਦਈਏ ਕਿ ਜਿਹੜੀ ਸੈਸ਼ਨ ਦੀਆਂ ਡੇਟਾਂ ਨੇ ਉਹ ਫਾਈਨਲ ਹੋ ਚੁੱਕੀਆਂ ਨੇ। 2 ਸਤੰਬਰ ਤੋਂ ਲੈ ਕੇ 4 ਸਤੰਬਰ ਤੱਕ ਪੰਜਾਬ ਸਰਕਾਰ ਦਾ ਜਿਹੜਾ ਮਾਨਸੂਨ ਸੈਸ਼ਨ ਹੈ ਉਹ ਸੱਦਿਆ ਜਾਵੇਗਾ। ਸੋ ਦੂਸਰੀ ਜਿਹੜੀ ਅਹਿਮ ਮੁੱਦੇ ਉੱਪਰ ਅੱਜ ਮੋਹਰ ਲੱਗੀ ਹੈ ਉਹ ਹੈ ਫਾਇਰ ਸੇਫਟੀ ਐਕਟ 2024। ਦੱਸ ਦਈਏ ਕਿ ਇਸ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਅਹਿਮ ਬਿਆਨ ਦਿੱਤਾ ਗਿਆ, ਇੱਕ ਅਹਿਮ ਫੈਸਲਾ ਲੈਂਦੇ ਹੋਏ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਜਿਹੜੇ ਕਿ ਫਾਇਰ ਐਕਟ ਦੇ ਨਾਲ ਜੁੜੇ ਹੋਏ ਨੇ। ਦੱਸ ਦਈਏ ਕਿ ਫਾਇਰ ਸੇਫਟੀ ਐਕਟ ਦੇ ਵਿੱਚ ਪਹਿਲਾਂ NOC ਦਾ ਸਰਟੀਫਿਕੇਟ ਆ ਜਿਹੜਾ 1 ਸਾਲ ਦੇ ਲਈ ਜਾਰੀ ਕੀਤਾ ਜਾਂਦਾ ਸੀ, ਜਿਸ ਨੂੰ ਕਿ ਹੁਣ ਵਧਾ ਕੇ 3 ਸਾਲ ਦੇ ਲਈ ਕਰ ਦਿੱਤਾ ਗਿਆ। ਫਾਇਰ ਸੇਫਟੀ ਐਕਟ ਦੇ ਅਧੀਨ ਜਿਹੜੇ ਲੋਕ ਆਉਂਦੇ ਨੇ ਉਹਨੂੰ ਇੱਕ ਵੱਡੀ ਰਾਹਤ ਹੈ, ਕਿਉਂਕਿ ਜਿਹੜਾ ਉਹ ਸਰਟੀਫਿਕੇਟ NOC ਸੀ ਉਹ 1 ਸਾਲ ਦੀ ਬਜਾਏ ਹੁਣ 3 ਸਾਲ ਦਾ ਹੋਵੇਗਾ ਅਤੇ ਲੋਕਾਂ ਨੂੰ ਖੱਜਲ ਖੁਆਰ ਨਹੀਂ ਹੋਣਾ ਪਵੇਗਾ। ਸੋ ਇਹ 2 ਪਹਿਲਾਂ ਜਿਹੜੇ ਅਹਿਮ ਮੁੱਦੇ ਸੀ ਜਿਨ੍ਹਾਂ ਦੇ ਉੱਪਰ ਅੱਜ ਮੋਹਰ ਲੱਗੀ ਹੈ। ਅਤੇ ਇਸ ਤੋਂ ਬਾਅਦ ਫਾਇਰਮੈਨ ਜਿਹੜੇ ਉਹਦੀ ਭਰਤੀ ਦੇ ਸੰਬੰਧ ਦੇ ਵਿੱਚ ਵੀ ਕੁਝ ਨੋਰਮਸ ਦੇ ਵਿੱਚ ਜਿਹੜੀ ਆ ਉਹ ਚੇਂਜ ਕੀਤੀ ਗਈ ਆ, ਖਾਸ ਤੌਰ 'ਤੇ ਲੜਕੀਆਂ ਦੀ ਭਰਤੀ ਨੂੰ ਲੈ ਕੇ, ਕਿਉਂਕਿ ਵਿੱਤ ਮੰਤਰੀ ਸਾਹਿਬ ਨੇ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲਾਂ ਆਈਆਂ ਸੀ ਜਦੋਂ ਫਾਇਰਮੈਨ ਦੀ ਭਰਤੀ ਹੁੰਦੀ ਸੀ ਤਾਂ ਉੱਥੇ ਲੜਕਿਆਂ ਦੇ ਵੱਲੋਂ ਇਹ ਸ਼ਿਕਾਇਤ ਕੀਤੀ ਜਾਂਦੀ ਸੀ ਕਿ ਜਦੋਂ ਭਰਤੀ ਹੁੰਦੀ ਸੀ ਤਾਂ ਲੜਕਿਆਂ ਦੇ ਬਰਾਬਰ ਉਹਨਾਂ ਤੋਂ ਫਿਜ਼ੀਕਲ ਜਿਹੜਾ ਕੰਮ ਆ ਉਹ ਕਰਵਾ ਕੇ ਦੇਖਿਆ ਜਾਂਦਾ ਸੀ, ਜਿਵੇਂ ਕਿ ਵਜਨ ਚੁੱਕਣ ਦੇ ਵਿੱਚ ਜਿੰਨਾ ਵਜਨ ਮੁੰਡਿਆਂ ਨੂੰ ਚੁੱਕਣ ਦੇ ਲਈ ਕਿਹਾ ਜਾਂਦਾ ਸੀ ਉਨਾ ਹੀ ਵਜਨ ਹੈ ਜਿਹੜਾ ਉਹ ਲੜਕਿਆਂ ਨੂੰ ਚੁੱਕਣ ਦੇ ਲਈ ਕਿਹਾ ਜਾਂਦਾ ਸੀ। ਤਾਂ ਹੁਣ ਖਾਸ ਤੌਰ 'ਤੇ ਇਸ ਫਾਇਰ ਡਿਪਾਰਟਮੈਂਟ ਦੇ ਵਿੱਚ ਲੜਕੀਆਂ ਦੀ ਭਰਤੀ ਨੂੰ ਵੱਧ ਮੌਕਾ ਦੇਣ ਦੇ ਲਈ, ਲੜਕੀਆਂ ਨੂੰ ਵੱਧ ਮੌਕਾ ਦੇਣ ਦੇ ਲਈ ਕੁਝ ਜਿਹੜੀਆਂ ਨੋਰਮਸ ਨੇ ਉਹਨਾਂ ਦੇ ਵਿੱਚ ਨਰਮੀ ਵਰਤੀ ਜਾਏ, ਕੁਝ ਨੋਰਮ ਦੇ ਵਿੱਚ ਚੇਂਜਸ ਕੀਤੀ ਜਾਏਗੀ। ਸੋ ਹੈਂਡੀਕੈਪਟ ਬੱਚਿਆਂ ਦੇ ਲਈ ਵੀ ਇੱਕ ਵਿਸ਼ੇਸ਼ ਪਾਲਿਸੀ ਉਹਨਾਂ ਦੀ ਸਿੱਖਿਆ ਨੂੰ ਲੈ ਕੇ ਲਿਆਂਦੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੂੰ ਸਿੱਖਿਅਤ ਕਰਨ ਦੇ ਲਈ ਸਰਕਾਰ ਦੇ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਜਾਏਗਾ। ਸੋ ਹੈਂਡੀਕੈਪਟ ਬੱਚਿਆਂ ਦੇ ਲਈ ਇਹ ਜਿਹੜੀ ਵਿਸ਼ੇਸ਼ ਪਾਲਿਸੀ ਹੈ ਉਹ ਸਰਕਾਰ ਦੇ ਵੱਲੋਂ ਉਹਨਾਂ ਦੀ ਸਿੱਖਿਆ ਨੂੰ ਲੈ ਕੇ, ਸਿੱਖਿਆ ਦੇ ਵਿੱਚ ਉਹਨਾਂ ਦੇ ਸੁਧਾਰਾਂ ਨੂੰ ਲੈ ਕੇ ਇਹ ਜਿਹੜੀ ਵਿਸ਼ੇਸ਼ ਪਾਲਿਸੀ ਹੈ ਉਹ ਹੈਂਡੀਕੈਪਟ ਬੱਚਿਆਂ ਦੇ ਲਈ ਲਿਆਂਦੀ ਗਈ ਹੈ। ਸੋ ਇੱਕ ਅਹਿਮ ਜਿਹੜੀ ਅੱਜ ਮੋਹਰ ਲੱਗੀ ਹੈ ਉਹ ਹੈਗੀ ਫੈਮਿਲੀ ਮੈਟਰ ਨੂੰ ਲੈ ਕੇ, ਕਿਉਂਕਿ ਫੈਮਿਲੀ ਕੋਰਟ ਦੇ ਵਿੱਚ ਜਿਹੜੇ ਫੈਮਿਲੀ ਡਿਸਪਿਊਟ ਨੇ ਉਹਨਾਂ ਨੂੰ ਸੁਲਝਾਉਣ ਦੇ ਲਈ, ਕੌਂਸਲਿੰਗ ਦੇ ਰਾਹੀਂ ਸਮਝਾਉਣ ਦੇ ਲਈ ਸਰਕਾਰ ਦੇ ਵੱਲੋਂ ਪਹਿਲ ਕੀਤੀ ਗਈ ਹੈ। ਅਤੇ ਹੁਣ ਇਸ ਦੇ ਵਿੱਚ ਜਿਹੜੇ ਕੌਂਸਲਰ ਨੇ ਕੌਂਸਲਿੰਗ ਕਰਕੇ ਫੈਮਿਲੀ ਡਿਸਪਿਊਟ ਨੂੰ ਕੋਸ਼ਿਸ਼ ਕਰਦੇ ਨੇ ਹੱਲ ਕਰਨ ਦੀ, ਉਹਨਾਂ ਕੌਂਸਲਰਾਂ ਦਾ ਜੋ ਪੱਤਾ ਗਾ ਉਹ 75 ਰੁਪਏ ਤੋਂ ਵਧਾ ਕੇ 600 ਰੁਪਏ ਕਰ ਦਿੱਤਾ ਗਿਆ, ਕਿਉਂਕਿ ਮਾਨ ਸਰਕਾਰ ਦਾ ਮੰਨਣਾ ਕਿ 75 ਰੁਪਏ ਦਾ ਜਿਹੜਾ ਇਹ ਪੱਤਾ ਸੀ ਬਹੁਤ ਹੀ ਨਿਗੁਣਾ ਸੀ, ਹੁਣ ਇਸ ਨੂੰ 600 ਰੁਪਏ ਕਰ ਦਿੱਤਾ ਗਿਆ। ਅਤੇ ਨਾਲ ਹੀ ਨਾਲ ਜੇਕਰ ਕਿਸੇ ਨੇ ਇਲੀਗਲ ਐਡ ਲੈਣੀ ਹੈ
ਲੀਗਲ ਐਡ ਦੇ ਲਈ ਵੀ 1000 ਤੋਂ ਜਿਹੜੀ ਰਕਮ ਵਧਾ ਕੇ ਹੁਣ 3000 ਰੁਪਏ ਕਰ ਦਿੱਤੀ ਗਈ ਹੈ। ਸੋ ਇਸ ਦੇ ਨਾਲ ਹੀ ਨਾਲ ਖੇਡਾਂ ਨੂੰ ਪ੍ਰਮੋਟ ਕਰਨ ਦੇ ਲਈ ਵੀ ਇੱਕ ਜਿਹੜੀ ਨਵੀਂ ਪਾਲਿਸੀ ਹੈ ਉਹ ਲਾਗੂ ਕੀਤੀ ਗਈ ਹੈ, ਸਟੇਟ ਯੂਥ ਪਾਲਿਸੀ 2024। ਸੋ ਜਿਸ ਦੇ ਵਿੱਚ ਕਿ ਪਿੰਡਾਂ ਦੇ ਵਿੱਚ ਯੂਥ ਕਲੱਬ ਬਣਾਏ ਜਾਣਗੇ ਅਤੇ ਇਸ ਯੂਥ ਕਲੱਬਾਂ ਦੇ ਵਿੱਚ 15 ਤੋਂ ਲੈ ਕੇ 35 ਸਾਲ ਦੇ ਜਿਹੜੇ ਲੋਕ ਨੇ ਉਹ ਮੈਂਬਰ ਹੋਣਗੇ। ਕਲੱਬਾਂ ਨੂੰ ਆਰਥਿਕ ਮਦਦ ਦਿੱਤੀ ਜਾਏਗੀ ਸਰਕਾਰ ਦੇ ਵੱਲੋਂ, ਅਤੇ ਨਾਲ ਹੀ ਨਾਲ ਜਿਹੜੇ ਇਹਨਾਂ ਕਲੱਬਾਂ ਦੇ ਨਾਲ ਸੰਬੰਧਿਤ ਪਲੇਅਰ ਹੋਣਗੇ, ਲੋਕ ਹੋਣਗੇ, ਉਹ ਜਿਹੜੇ ਮੈਡਲ ਲੈ ਕੇ ਆਉਣਗੇ ਉਹਨਾਂ ਨੂੰ ਵੀ ਜਿਹੜੀ ਆਰਥਿਕ ਹੈ ਉਹ ਮਦਦ ਦਿੱਤੀ ਜਾਏਗੀ। ਇਸ ਦਾ ਵੀ ਫੈਸਲਾ ਅੱਜ ਕੈਬਨਿਟ ਦੇ ਵਿੱਚ ਲਿਆ ਗਿਆ। ਸੋ ਜੰਗਲਾਂ ਦੇ ਰਕਬੇ ਨੂੰ ਲੈ ਕੇ ਲਗਾਤਾਰ ਸਰਕਾਰ ਇਸ ਮਾਮਲੇ ਦੇ ਵਿੱਚ ਚਿੰਤਤ ਆ, ਕਿਉਂਕਿ ਪੰਜਾਬ ਦੇ ਵਿੱਚ ਜੰਗਲਾਂ ਦੇ ਹੇਠ ਜਿਹੜਾ ਰਕਬਾ ਉਹ ਦਿਨ ਪ੍ਰਤੀਦਿਨ ਘੱਟਦਾ ਜਾ ਰਿਹਾ, ਜਿਸ ਦੇ ਕਾਰਨ ਵਾਤਾਵਰਨ ਦੇ ਵਿੱਚ ਵੀ ਵੱਡੀ ਤਬਦੀਲੀ, ਪੰਜਾਬ ਦੇ ਵਾਤਾਵਰਨ ਦੇ ਵਿੱਚ ਮੌਸਮ ਦੇ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਸੋ ਇਸ ਸੰਬੰਧੀ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲੈਂਦੇ ਹੋਏ 5% ਜਿਹੜਾ ਰਕਬਾ ਹੁਣ ਪੰਜਾਬ ਦੇ ਵਿੱਚ 5% ਰਕਬਾ ਜਿਹੜਾ ਜੰਗਲਾਂ ਦੇ ਹੇਠ ਹੈ ਉਸ ਨੂੰ 7.5% ਕਰਨ ਦਾ ਜਿਹੜਾ ਟੀਚਾ ਉਹ ਅੱਜ ਕੈਬਨਿਟ ਦੇ ਵਿੱਚ ਮਿੱਥਿਆ ਗਿਆ। ਸੋ ਨਾਲ ਹੀ ਨਾਲ ਇੱਕ ਵੱਡੀ ਰਾਹਤ ਲੋਕਾਂ ਨੂੰ, ਕਿਉਂਕਿ ਜਿਹੜੇ ਗੈਰ ਕਲੋਨੀ ਕਲੋਨੀਆਂ ਦੇ ਸੰਬੰਧ ਦੇ ਵਿੱਚ ਜਿਹੜੇ ਕੇਸ ਨੇ ਉਹ ਹਾਈ ਕੋਰਟ ਤੱਕ ਪਹੁੰਚ ਚੁੱਕੇ ਨੇ, ਉਹਨਾਂ ਦੇ ਵਿੱਚ ਵੀ ਲੋਕਾਂ ਨੂੰ ਵੱਡੀ ਰਾਹਤ ਹੈ ਜਿਹੜੀ ਮਾਨ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ। ਅਤੇ ਉਹਨਾਂ ਵਿੱਚ ਦੱਸਿਆ ਗਿਆ ਕਿ ਰਜਿਸਟਰੀ ਸਮੇਂ NOC ਦੀ ਕਲੋਜ਼ ਹੈ ਜਿਹੜੀ ਉਹ ਖਤਮ ਹੋਏਗੀ। ਸੋ ਜਿਨ੍ਹਾਂ ਦੇ ਇਕਰਾਰਨਾਮੇ ਹੋ ਚੁੱਕੇ ਨੇ ਸੌਦੇ 31 ਜੁਲਾਈ 2024 ਤੋਂ ਪਹਿਲਾਂ ਹੋ ਚੁੱਕੇ ਨੇ ਉਹਨਾਂ ਨੂੰ ਇਸ ਸੰਬੰਧ ਦੇ ਵਿੱਚ ਜਿਹੜੀ ਹੈ ਉਹ ਰਿਆਇਤ ਦਿੱਤੀ ਜਾਵੇਗੀ। ਇਹ ਫੈਸਲਾ ਵੀ ਅੱਜ ਇਹਨਾਂ ਰਜਿਸਟਰੀਆਂ ਨੂੰ ਲੈ ਕੇ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜਾ ਲਿੱਤਾ ਗਿਆ NOC ਦੀ ਸ਼ਰਤ ਹੈ ਜਿਹੜੀ ਉਹ ਖਤਮ ਕੀਤੀ ਗਈ। ਲੇਕਿਨ ਇਹ ਵਨ ਟਾਈਮ ਪਾਲਿਸੀ ਦੇ ਤਹਿਤ ਇਹ ਫੈਸਲਾ ਮਾਨ ਸਰਕਾਰ ਦੇ ਵੱਲੋਂ ਲਿੱਤਾ ਗਿਆ ਅਤੇ ਇਹ ਕਿਹਾ ਗਿਆ ਕਿ ਜਿਹੜੇ 31 ਜੁਲਾਈ 2000 ਪਹਿਲਾਂ ਤੋਂ ਜੇ ਸੌਦੇ ਹੋ ਚੁੱਕੇ ਨੇ, ਜਿਨ੍ਹਾਂ ਦੇ ਪੁਖਤਾ ਸਬੂਤ ਨੇ, ਸੌਦੇ ਵੀ ਬਿਲਕੁਲ ਸਹੀ ਨੇ, ਉਹਨਾਂ ਨੂੰ ਇਹ ਜਿਹੜੀ ਹੈ ਰਿਆਇਤ ਆ ਉਹ ਵਨ ਟਾਈਮ ਸੈਟਲ ਪਾਲਿਸੀ ਦੇ ਤਹਿਤ ਦਿੱਤੀ ਜਾਏਗੀ। ਅਤੇ ਨਾਲ ਇਹ ਵੀ ਕਿਹਾ ਗਿਆ ਕਿ ਇਹ ਸਿਰਫ ਔਰ ਸਿਰਫ ਆਖਰੀ ਮੌਕਾ ਇਹਨਾਂ ਲੋਕਾਂ ਦੇ ਲਈ ਹੋਵੇਗਾ। ਸੋ ਦੱਸਿਆ ਕਿ ਨਵੰਬਰ ਦੇ ਅੱਧ ਤੋਂ ਪਹਿਲਾਂ ਇਹ ਸਾਰੀਆਂ ਦੀਆਂ ਰਜਿਸਟਰੀਆਂ ਨੇ ਜਿਹੜੀਆਂ ਹੋ ਜਾਣਗੀਆਂ। ਅਤੇ ਬਾਕੀ ਇਸ ਸੰਬੰਧ ਦੇ ਵਿੱਚ ਮੰਤਰੀ ਅਮਨ ਅਰੋੜਾ ਦੇ ਵੱਲੋਂ ਦੱਸਿਆ ਗਿਆ ਕਿ ਵਿਸਥਾਰ ਦੇ ਵਿੱਚ ਇਸ ਸੰਬੰਧ ਦੇ ਵਿੱਚ, ਕਿਉਂਕਿ ਇਸ ਨੂੰ ਮੋਨੀਟਰ ਖੁਦ ਮੁੱਖ ਮੰਤਰੀ ਭਗਵੰਤ ਮਾਨ ਜੀ ਕਰ ਰਹੇ ਨੇ, ਸੋ ਵਿਸਥਾਰ ਦੇ ਰੂਪ ਦੇ ਵਿੱਚ ਇਸ ਪਾਲਿਸੀ ਕੀ ਪਾਲਿਸੀ ਹੈ, ਕਿਸ ਤਰੀਕੇ ਨਾਲ ਲੋਕਾਂ ਨੂੰ ਰਿਆਇਤ ਮਿਲੇਗੀ, ਇਸ ਸੰਬੰਧੀ ਵਿਸਥਾਰ ਦੇ ਨਾਲ ਮੁੱਖ ਮੰਤਰੀ ਸਾਹਿਬ ਆਪ ਦੱਸਣਗੇ। ਇਹ ਗੱਲ ਦਾ ਖੁਲਾਸਾ ਜਿਹੜਾ ਉਹ ਮੰਤਰੀ ਅਮਨ ਅਰੋੜਾ ਜੀ ਵੱਲੋਂ ਕੀਤਾ ਗਿਆ। ਸੋ ਇਹ ਉਹ ਕੁਝ ਅਹਿਮ ਗੱਲਾਂ ਸੀ ਜਿਹਨਾਂ ਦੇ ਉੱਤੇ ਚਰਚਾ ਹੋਈ ਅੱਜ ਕੈਬਨਿਟ ਦੀ ਮੀਟਿੰਗ ਦੇ ਵਿੱਚ, ਅਤੇ ਮੋਹਰ ਜਿਨ੍ਹਾਂ ਮਾਮਲਿਆਂ ਦੇ ਉੱਪਰ ਲੱਗੀ ਹੈ, ਖਾਸ ਤੌਰ 'ਤੇ ਮੌਨਸੂਨ ਸੈਸ਼ਨ ਦੀ ਗੱਲ ਕਰੀਏ, ਮੌਨਸੂਨ ਇਜਲਾਸ ਦੀ ਗੱਲ ਕਰੀਏ, ਉਹਨਾਂ ਦੀਆਂ ਜਿਹੜੀਆਂ ਤਾਰੀਖਾਂ ਨੇ ਤੈਅ ਹੋ ਚੁੱਕੇ ਨੇ। ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਜਿਹੜਾ ਮੌਨਸੂਨ ਸੈਸ਼ਨ ਹੈ ਪੰਜਾਬ ਸਰਕਾਰ ਦਾ ਉਹ 2 ਤਰੀਕ ਤੋਂ ਲੈ ਕੇ 4 ਸਤੰਬਰ ਤੱਕ, 2 ਤੋਂ 4 ਸਤੰਬਰ ਦੇ ਵਿਚਕਾਰ ਹੋਏਗਾ। ਇਹ 2, 3 ਅਤੇ 4 ਤਿੰਨ ਦਿਨ ਦਾ ਇਹ ਮੌਨਸੂਨ ਸੈਸ਼ਨ ਹੋਏਗਾ, ਜਿਸ ਦੇ ਵਿੱਚ ਕਿ ਪੰਜਾਬ ਸਰਕਾਰ ਵੱਡੇ ਫੈਸਲੇ ਲੈਂਦੀ ਹੋਈ ਦਿਖਾਈ ਦੇ ਸਕਦੀ ਹੈ। ਸੋ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰੋਜ਼ਾਨਾ ਲੋਕਨਾ TV ਦੇ ਨਾਲ।